तुसी देख रहे हो पंजाबी लोक चैनल, मैं अमनदीप सिंह माझा। अज पूरे पंजाब विच PRTC पेप्सू रोडवेज दे ड्राइवरां कंडक्टरां दी हड़ताल आ, प्रदर्शन कर रहे ने, धरने ते बैठे ने अपनियां मंगां नूं लैके। उत्थे बस स्टैंड पटियाला दीआं तुहानूं तस्वीरां दिखाउने आ जिथे वड्डी भीड़ लगी हुई है सवारियां दी। किसे ने बठिंडे जाणा, किसे ने संगरूर जाणा, किसे ने चंडीगढ़ जाणा, दिक्कतां दा वड्डा सामना करना पै रिहा सवारियां नूं। लगातार कोई घंटे तो खड़े ने, कोई डेढ़ घंटे तो खड़े ने। तस्वीरां तुहानूं सिद्धियां दिखाउने आ, जिद्धर भी दिखाई दे रहियां ने प्राइवेट बसां दिखाई दे रहियां ने। PRTC बस बहुत घट दिखाई दे रही है, जिस कारण पूरी भीड़ लगी हुई है, सवारियां दी दिक्कतां दा सामना करना पै रहा। पूरी तरह लेट जा रही अज जो भी सवारी आ, क्योंकि बसां बड़ियां घट ने। पहला भी जो भी बसां दे ड्राइवर कंडक्टर ने जो धरने प्रदर्शन ते बैठे ने, कह रहे ने कि 95% असी मुलाजम अज धरने प्रदर्शन ते आं, तां ही PRTC बसां अज पूरे पंजाब च बहुत घट देखण नूं मिलियां ने। सामने तस्वीरां दिखाउणे आ, ए भी प्राइवेट बस, उधर प्राइवेट बस। सो दिक्कतां वड्डियां ने, घंटे डेढ़ घंटे तो लगातार सवारियां नूं मुश्किलां दा सामना करना पै रहा। वीर जी कित्थे जाणा तुसीं? ਬਠਿੰਡੇ ਜੀ। 2 घंटे हो गए। 2 घंटे हो गए PRTC ਦੀ ਬੱਸ ਹੀ ਨਹੀਂ ਆ ਰਹੀ। ਅਸੀਂ ਵੀ ਦੇਖ ਰਹੇ ਹਾਂ PRTC ਦੀ ਕੋਈ ਬੱਸ ਦਿਖਾਈ ਨਹੀਂ ਦੇ ਰਹੀ। ਅੱਡੇ ਦਾ ਪ੍ਰਾਈਵੇਟ ਹੈ, ਪ੍ਰਾਈਵੇਟ ਪ੍ਰਾਈਵੇਟ ਹੀ ਆ, ਆਰਬਿਟ ਵਾਲਾ ਨਹੀਂ ਚੱਲ ਰਹੀਆਂ। ਠੀਕ ਹੈ। ਬਾਕੀ ਤੁਹਾਨੂੰ ਪਤਾ ਹੜਤਾਲ ਆ ਉਹਨਾਂ ਦੀ ਬੱਸਾਂ ਦੇ ਡਰਾਈਵਰਾਂ ਕੰਡਕਟਰਾਂ ਦੀ? ਨਹੀਂ ਪਤਾ ਤਾਂ, ਗੇਟ ਰੈਲੀ ਕੀ ਕਰ ਰਹੇ ਨੇ ਉਹ। ਜੀ 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 ਹਾਂ, ਉਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਜੀ। ਉਹਨਾਂ ਨੇ ਪੂਰੀਆਂ ਬੱਸਾਂ ਆਪਣੀਆਂ ਰੋਕਤੀਆਂ ਕਿ ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਅਸੀਂ ਬੱਸਾਂ ਨੂੰ ਪੂਰੀਆਂ ਜਾਮ ਕਰਕੇ ਰੱਖਾਂਗੇ, ਅਸੀਂ ਨਹੀਂ ਚਲਾਉਂਦੇ। ਇੱਥੋਂ ਤੱਕ ਕਹਿਤੀ ਗੱਲ। ਕੀ ਲੱਗਦਾ ਤੁਹਾਨੂੰ, ਸਵਾਰੀਆਂ ਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਜ਼ਿਆਦਾ ਮੁਸ਼ਕਲ ਹੈ ਜੀ। ਛੋਟੀਆਂ ਛੋਟੀਆਂ ਬੇਟੀਆਂ ਰੋਲਦੀਆਂ ਫਿਰਦੀਆਂ ਨੇ ਇੱਥੇ, ਦੇਖਾ ਕਿੰਨੇ ਕੱਖ ਲੱਗੇ ਇੱਥੇ। ਬਿਲਕੁਲ, ਸਟੂਡੈਂਟ ਨੇ, ਆਮ ਲੋਕ ਨੇ, ਜਿਨ੍ਹਾਂ ਨੇ ਦੂਰ ਜਾਣਾ, ਵੀ 5 ਵਜੇ ਨੂੰ ਪਹੁੰਚਣਾ, 7 ਵਜੇ ਨੂੰ ਪਹੁੰਚਣਾ, ਬਹੁਤ ਲੇਟ ਹੋਣਗੇ ਦਾ ਮਤਲਬ। ਹਾਂਜੀ, ਇੱਥੇ 2-2 ਘੰਟੇ ਹੋ ਗਏ ਇੱਥੇ ਖੜਿਆਂ ਨੂੰ, ਇੱਥੇ ਕੋਈ ਬੱਸ ਨਹੀਂ ਆ ਰਹੀ। ਕੀ ਲੱਗਦਾ ਤੁਹਾਨੂੰ, ਜਿਵੇਂ ਧਰਨੇ ਪ੍ਰਦਰਸ਼ਨ ਚੱਲ ਰਿਹਾ, ਸਰਕਾਰਾਂ ਨੂੰ ਸਮੇਂ ਸਿਰ ਹੱਲ ਨਹੀਂ ਕਰਨੇ ਚਾਹੀਦੇ? ਸਰਕਾਰ ਤਾਂ ਜੇ ਇਹਨਾਂ ਜਿਹੜੇ ਆ ਆਰਬਿਟਰ ਵਾਲੇ ਨੇ, ਬਾਦਲ ਨੇ, ਇਹਨਾਂ ਦੀ ਹੈ, ਸਭ ਕੁਝ ਕਰ ਰਹੇ ਨੇ। ਪ੍ਰਾਈਵੇਟ ਬੱਸਾਂ ਨੂੰ ਪੂਰਾ ਮੁਨਾਫਾ ਹੋ ਰਿਹਾ, ਭਰਕੇ ਜਾ ਰਹੇ ਨੇ। ਫੁੱਲ ਜੀ, ਇਹ ਤਾਂ 2.5-2.5 300 ਰੁਪਇਆ ਉੱਥੋਂ ਦਾ ਕਿਰਾਇਆ ਲੈ ਰਹੇ ਨੇ। ਬਿਲਕੁਲ, ਆਮ ਬੰਦਾ ਇੰਨਾ ਕਿਰਾਇਆ ਨਹੀਂ ਦੇ ਸਕਦਾ। ਦੇ ਸਕਦਾ ਜੀ, ਕਿੱਥੋਂ ਦੇ ਦੇਣਗੇ ਬੱਚੇ ਨੇ ਕਿਰਾਇਆ? ਕਿਹੜਾ ਸਕੂਲ ਪੜ੍ਹਨ ਆਉਂਦਾ, ਉਹ ਕਿੱਥੋਂ ਦੇ ਦੂ ਕਿਰਾਇਆ ਨੇ? ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ, ਸਵਾਰੀਆਂ ਵੀ ਦੱਸ ਰਹੇ ਨੇ, ਰਾਹਗੀਰ ਦੱਸ ਰਹੇ ਨੇ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਕਰੀਏ, AC ਬੱਸਾਂ ਆਉਂਦੀਆਂ ਨੇ, ਉਹਨਾਂ ਦੇ ਕਿਰਾਏ ਬਹੁਤ ਮਹਿੰਗੇ ਨੇ, ਨਹੀਂ ਉਹਨੇ ਦੇ ਸਕਦੇ। PRTC ਨੂੰ ਉਡੀਕ ਰਿਹਾ, PRTC ਨਹੀਂ ਆ ਰਹੀ ਕਿਉਂਕਿ ਹੜਤਾਲ ਚੱਲ ਰਹੀ ਆ, ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਬਾਈ ਜੀ, ਕਿੱਥੇ ਜਾਣਾ ਆਪਾਂ ਨੇ? ਬਠਿੰਡਾ ਜਾਣਾ ਜੀ। ਠੀਕ ਆ, ਕਦੋਂ ਕਦੇ ਖੜੇ ਹੋ? ਅੱਧਾ 1.5 ਘੰਟਾ ਹੋ ਗਿਆ ਜੀ। ਕਿੰਨੀਆਂ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ? AC ਬੱਸ ਜਾਂਦੀ ਪਈ, ਮੈਂ ਸਕਾਈ ਦੇਖੀ ਜਾਣਾ, ਉਹ ਆਵੇ ਤਾਂ ਮੈਂ ਜਾਵਾਂ ਜੀ। ਸਕਾਈ ਬੱਸ ਆਉਂਦੀ ਨਹੀਂ ਪਈ, ਮੈਂ ਇੱਥੇ ਖੜਾ ਜੀ। AC ਬੱਸਾਂ ਦੇ ਬਹੁਤ ਕਿਰਾਏ ਨੇ, ਉਹਨਾਂ ਕਿਰਾਇਆ ਜ਼ਿਆਦਾ ਕਰਕੇ ਮੈਂ ਜਾਂਦਾ ਨਹੀਂ ਪਿਆ ਜੀ, ਵੀ ਕਿਰਾਇਆ ਨੂੰ ਬਹੁਤ ਜ਼ਿਆਦਾ ਹੈ ਕਿ ਜਾਣਾ ਬਠਿੰਡੇ ਜੀ, ਨੇੜੇ ਜਾਂਦਾ ਤਾਂ ਪਤਾ ਮੈਂ ਜਾਵੜਾ ਜੀ, ਜਾਣਾ ਦੂਰ ਹੈਗਾ ਤਾਂ ਇੰਨਾ ਕਿਰਾਇਆ ਮੈਂ ਦੇ ਨਹੀਂ ਸਕਦਾ ਜੀ, ਇਸ ਕਰਕੇ ਮੈਂ ਤਾਂ ਇੱਥੇ ਖੜਾ ਜੀ। ਤਾਂ ਕਰਕੇ ਹੁਣ ਬੱਸ ਵੀ ਜਦੋਂ ਟਾਈਮ ਬਾਅਦ ਆਉਂਦੀ ਹੈ, ਜੇ ਆਪਾਂ ਦੇਖੀਏ ਸਵਾਰੀਆਂ 4 ਬੱਸਾਂ ਦੀਆਂ ਖੜੀਆਂ ਨੇ, ਬੱਸ ਜਦੋਂ 1 ਆਊਗੀ ਉਹ ਪੂਰੀ ਭਰ ਕੇ ਜਾਊ, ਫੇਰ ਨਹੀਂ ਆਉਣੀ। ਹਾਂ, ਲੱਗਦਾ ਇਹੀ ਹੈ ਜੀ, ਜਿਵੇਂ ਸਵਾਰੀਆਂ ਖੜੀਆਂ ਬੱਸਾਂ 1 ਮਿੰਟ 'ਚ ਫੁੱਲ ਹੋ ਜੂਗੀ, ਜਿਵੇਂ ਜਿਵੇਂ ਸਵਾਰੀ ਖੜੀਆਂ ਜੇ ਸਾਨੂੰ, ਯਾਨੀ ਕਿ ਬਹੁਤ ਮੁਸ਼ਕਲਾਂ ਦਾ ਸਹਿਣੀਆਂ ਪੈ ਰਹੀਆਂ ਨੇ। ਅੱਜ ਤਾਂ ਬਹੁਤ ਮੁਸ਼ਕਲ ਹੋਈ ਪਈ ਅੱਜ ਤਾਂ ਜੀ। ਮੈਂ ਤਾਂ 1.5 ਘੰਟਾ ਕਹਿੰਦੀ, ਮੈਂ ਤਾਂ ਇੰਨਾ ਜੇ ਖੜਾ ਨਹੀਂ ਜਿਵੇਂ ਅੱਜ ਖੜਾ ਜੀ। ਸੋ ਸਵਾਰੀਆਂ ਦਾ ਲਗਾਤਾਰ ਕਹਿਣਾ ਕਿ ਕੀ ਕਰੀਏ, AC ਬੱਸਾਂ ਲਗਾਤਾਰ ਆ ਰਹੀਆਂ ਨੇ ਕਿਉਂਕਿ ਪ੍ਰਾਈਵੇਟ ਬੱਸਾਂ ਨੇ, ਜ਼ਿਆਦਾਤਰ AC ਨੇ, ਉਹ AC ਬੱਸਾਂ 'ਚ ਬਹੁਤ ਕਿਰਾਏ ਨੇ, ਵੀ ਉਨੇ ਕਿਰਾਏ ਅਸੀਂ ਨਹੀਂ ਦੇ ਸਕਦੇ। ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਪਟਿਆਲਾ ਬੱਸ ਸਟੈਂਡ ਦੀਆਂ, ਜਿੱਥੇ ਲਗਾਤਾਰ PRTC ਬੱਸਾਂ ਨਾ ਚੱਲਣ ਕਾਰਨ ਸਵਾਰੀਆਂ ਦੀ ਵੱਡੀ ਭੀੜ ਲੱਗੀ ਹੋਈ ਆ। ਸਟੂਡੈਂਟ ਨੇ, ਕੋਈ ਆਮ ਰਿਸ਼ਤੇਦਾਰੀਆਂ 'ਚ ਜਾਣਾ, ਕਿਸੇ ਨੇ ਕੋਈ ਜੌਬ ਕਰ ਰਹੇ ਨੇ, ਦੂਰ ਬਠਿੰਡੇ ਜਾਣਾ, ਸੰਗਰੂਰ ਜਾਣਾ, ਸੋ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਗੱਲਬਾਤ ਕਰਾਂਗੇ ਬਾਈ ਜੀ, ਕਿੱਥੇ ਜਾਣਾ ਤੁਸੀਂ? ਹਾਂਜੀ ਵੀਰ ਜੀ, ਕਿੱਥੇ ਜਾਣਾ ਤੁਸੀਂ? ਸੰਗਰੂਰ। ਸੰਗਰੂਰ ਸੰਗਰੂਰ ਕਦੋਂ ਕਦੇ ਖੜੇ ਹੋ? ਮੈਂ ਹੁਣੇ ਆਇਆ। ਅੱਛਾ, ਪਰ ਕਿਵੇਂ ਲੱਗਦਾ, ਕਿੰਨੀ ਕੁ ਭੀੜ ਲੱਗੀ ਹੋਈ ਹੈ ਬੱਸ ਸਟੈਂਡ 'ਚ ਅੱਜ? ਪਤਾ ਨਹੀਂ, ਹੁਣ ਸਾਡੇ ਸਾਹਮਣੇ ਹੈ ਜੀ ਭੀੜ ਤਾਂ। ਦਿੱਕਤਾਂ ਦਾ ਸਾਹਮਣਾ ਕਰਨਾ, ਕਈ ਤਾਂ ਕਹਿ ਰਹੇ ਨੇ ਵੀ 1.5 ਘੰਟੇ ਦੇ ਖੜੇ ਹਾਂ ਅਸੀਂ, 1 ਘੰਟੇ ਦੇ ਖੜੇ ਹਾਂ, ਬੱਸ ਨਹੀਂ ਆ ਰਹੀ। ਕੀ ਕਹਿ ਸਕਦੇ ਜੀ, ਕਿਉਂਕਿ ਤੁਹਾਨੂੰ ਪਤਾ ਹੁਣ ਅੱਜ ਹੜਤਾਲ ਚੱਲ ਰਹੀ ਹੈ PRTC। ਇਹ ਵੀ ਨਹੀਂ ਸਾਨੂੰ ਪਤਾ ਜੀ, ਉਹ ਹੜਤਾਲ ਚੱਲ ਰਹੀ ਹੈ, ਉਹਦਾ ਹੀ ਬਹੁਤ ਪ੍ਰਭਾਵ ਪੈ ਰਿਹਾ ਹੈ। ਹੋ ਸਕਦਾ ਜੀ। ਸੋ ਜ਼ਿਆਦਾਤਰ ਸਵਾਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਹੜਤਾਲ ਚੱਲ ਰਹੀ ਆ ਜਾਂ ਨਹੀਂ ਚੱਲ ਰਹੀ, ਪਰ ਦੇਖ ਰਹੇ ਨੇ ਕਿ ਕਾਰਨ ਕੀ ਹੋਏ ਪਏ ਨੇ ਜੋ ਸਵਾਰੀਆਂ, ਇੱਕ PRTC ਬੱਸ ਸਾਹਮਣੇ ਆਈ ਆ, ਤੁਹਾਨੂੰ ਤਸਵੀਰਾਂ ਦਿਖਾਉਂਦੇ ਕਿ ਵੱਡੀ ਭੀੜ ਉਹ PRTC ਦੀ ਬੱਸ ਵੱਲ ਜਾ ਰਹੀ ਆ, ਜਦਕਿ
ਕਿੰਨੀ ਵੱਡੀ ਭੀੜ ਇੱਧਰ ਖੜੀ ਆ। ਇੱਕ ਬੱਸ ਆਈ ਆ, ਲੋਕ ਭੱਜ ਭੱਜ ਕੇ PRTC ਦੀਆਂ ਬੱਸਾਂ ਫੜ ਰਹੇ ਨੇ। ਪਹਿਲਾਂ ਵੀ ਕਹਿ ਰਹੇ ਨੇ ਕਿ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਨੇ, AC ਬੱਸਾਂ ਨੇ, ਜਿਨ੍ਹਾਂ ਦੇ ਕਿਰਾਏ ਬਹੁਤ ਮਹਿੰਗੇ ਨੇ, ਉਨੇ ਕਿਰਾਏ ਅਸੀਂ ਨਹੀਂ ਦੇ ਸਕਦੇ, ਇਸ ਲਈ ਸਾਨੂੰ ਘੰਟਾ 2 ਘੰਟੇ ਦੀ ਵੇਟ ਕਰ ਲਾਂਗੇ, ਪਰ ਅਸੀਂ ਮਹਿੰਗੇ ਕਿਰਾਏ ਨਹੀਂ ਦੇਵਾਂਗੇ। ਬਾਈ ਜੀ ਕਿੱਥੇ ਜਾਣਾ ਤੁਸੀਂ? ਸੰਗਰੂਰ ਜਾਣਾ ਜੀ। ਕਿਤੋਂ ਕਿਤੇ ਖੜੇ ਹੋ? ਹੋ ਗਿਆ 1.5 ਘੰਟਾ ਕਾ। ਕਿੰਨੀ ਕੁ ਭੀੜ ਆ ਬੱਸ ਸਟੈਂਡ 'ਤੇ ਅੱਜ? ਬਹੁਤ ਜ਼ਿਆਦਾ ਭੀੜ ਹੈ ਜੀ। ਤੁਹਾਨੂੰ ਪਤਾ ਮੁਲਾਜ਼ਮਾਂ ਦੀ ਹੜਤਾਲ ਅੱਜ? ਹਾਂਜੀ ਪਤਾ ਜੀ, ਹੜਤਾਲ ਹੈ। PRTC ਬੱਸ ਕਿੰਨੀ ਕੁ ਦਿਸ ਰਹੀ ਅੱਜ? ਬਹੁਤ ਘੱਟ ਦਿਖ ਰਹੀ, ਇੱਕ ਦੋ ਹੀ ਹੈ ਵੀ। ਹਾਂਜੀ, ਸਵਾਰੀਆਂ ਨੂੰ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ? ਬਹੁਤ ਮੁਸ਼ਕਲ ਹੋ ਰਹੀ ਹੈ, ਗਰਮੀ ਵੀ ਬਹੁਤ ਪੈ ਰਹੀ ਹੈਗੀ। ਹਾਂਜੀ, ਬੁੜੀਆਂ ਦੇ ਸਭ ਬਜ਼ੁਰਗ ਫਿਰਦੇ ਨੇ ਵੀ ਧੱਕੇ ਨਾਲ, ਜਾਣਾ ਵੀ ਖੜ ਕੇ ਜਾਂਦੇ ਨੇ, ਬਜ਼ੁਰਗ ਹੋਵੇ ਭਾਵੇਂ ਉਵੇਂ। ਯਾਨੀ ਕਿ ਫਿਰ ਵੀ PRTC 'ਤੇ ਨਿਰਭਰ ਕਰਦੇ ਨੇ ਲੋਕ, ਪਾਸ ਬਣੇ ਹੋਏ ਨੇ ਜਿਵੇਂ ਸਟੂਡੈਂਟ ਦੇ ਪਾਸ ਨੇ? ਹਾਂਜੀ, ਲਗਭਗ ਸਾਰਿਆਂ ਦੇ ਪਟਿਆਲੇ ਵਾਲੇ ਸਭ ਦੇ ਪਾਸ ਹੀ ਬਣੇ ਹੋਏ ਨੇ, ਕੋਈ ਜੋਬ ਦੇ ਵਾਸਤੇ ਜਾਂਦਾ, ਕੋਈ ਸਟੂਡੈਂਟ ਤਾਂ ਹੈਗੇ ਨੇ ਜੀ, ਕੋਈ ਦਵਾਈ ਦੱਪਾ ਵਾਸਤੇ ਸਿੱਧਾ ਚੰਡੀਗੜ੍ਹ PGI ਵਾਲੇ ਹੁੰਦੇ ਆ, ਲਗਭਗ ਸਾਰੇ ਪਾਸ ਵਾਲੇ ਹੀ ਹੁੰਦੇ ਨੇ ਵੈਸੇ ਤਾਂ। ਹਾਂਜੀ ਬਿਲਕੁਲ ਜੀ। ਸੋ PRTC ਬੱਸਾਂ 'ਤੇ ਬਹੁਤ ਨਿਰਭਰ ਨੇ, ਕਿਤੇ ਨਾ ਕਿਤੇ ਸਟੂਡੈਂਟ ਨੇ, ਉਹਨਾਂ ਦੇ ਪਾਸ ਬਣੇ ਹੋਏ ਨੇ। ਇੱਕ ਪੰਜਾਬ ਸਰਕਾਰ ਨੇ ਔਰਤਾਂ ਦੇ ਕਿਰਾਏ ਮਾਫ਼ ਕਰੇ ਹੋਏ ਨੇ, ਉਹ ਵੀ ਕਿਤੇ ਨਾ ਕਿਤੇ PRTC ਦੀ ਉਡੀਕ ਕਰਦੇ ਨੇ ਕਿ ਚਲੋ ਫ੍ਰੀ ਜਾਵਾਂਗੇ, ਕਿਉਂਕਿ ਜੋ ਵੀ ਲੇਡੀਜ਼ ਦੇ ਕਿਰਾਏ ਨੇ ਉਹ ਫ੍ਰੀ ਨੇ, ਉਹਦੇ ਕਰਕੇ PRTC ਅੱਜ ਬਹੁਤ ਘੱਟ ਆ ਰਹੀ ਆ ਅਤੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਿਤੇ ਵੀ ਗੱਲ ਕਰੀਏ ਸਾਰੇ ਕਾਊਂਟਰ, ਬੱਸ ਸਟੈਂਡ ਪਟਿਆਲਾ ਦੇ ਜਿੰਨੇ ਵੀ ਕਾਊਂਟਰ ਨੇ, ਦਿੱਕਤਾਂ ਦਾ। ਬਾਈ ਜੀ ਕਿੱਥੇ ਜਾਣਾ ਤੁਸੀਂ? ਇੰਨਾ ਕੁ ਮਤਲਬ ਦਿੱਕਤਾਂ ਦਾ, ਕੋਈ ਦਿੱਕਤਾਂ ਸਹਿਣੀਆਂ ਪੈ ਰਹੀਆਂ ਨੇ? ਪੰਜਾਬੀ ਨਹੀਂ ਆਤੀ ਮੁਝੇ। ਅੱਛਾ, ਹਿੰਦੀ ਆਤੀ ਹੈ? ਆਜ ਕੈਸੇ ਲੱਗ ਰਿਹਾ ਹੈ, ਕਿਤਨਾ ਸਮਾਂ ਹੋ ਗਿਆ ਆਪ ਲੇਟ ਹੋਏ ਹੈ, ਕਬ ਆਏ ਹੈ ਜਹਾਂ ਬੱਸ ਸਟੈਂਡ ਪਰ? ਅਭੀ ਆਇਆ। ਅੱਛਾ, ਪਰ ਭੀੜ ਆਗੇ ਸੇ ਜ਼ਿਆਦਾ ਲੱਗ ਰਹੀ ਹੈ ਅੱਜ? ਪਹਿਲੀ ਵਾਰ ਆਇਆ। ਓਕੇ, ਠੀਕ ਹੈ। ਕਹਾਂ ਜਾਣਾ ਹੈ ਆਪਣੇ? ਬਠਿੰਡਾ। ਅੱਜ PRTC ਕੀ ਹੜਤਾਲ ਹੈ, ਉਸੀ ਲਈ ਹਮ ਕਵਰੇਜ ਕਰ ਰਹੇ ਹੈਂ, ਦੇਖ ਰਹੇ ਹੈਂ ਕਿ ਕਿਆ ਚੱਲ ਰਿਹਾ ਹੈ ਜਹਾਂ, ਕਿਉਂਕਿ ਬਹੁਤ ਲੋਕ, ਇੱਕ ਬੱਸ ਆਈ ਥੀ, ਕਿਤਨੇ ਜਾਂ ਭੀੜ ਲੱਗੀ ਹੋਈ ਹੈ, ਉਸਕੇ ਲਈ ਆਪਸੇ ਬਾਤ ਕਰਨਾ ਚਾਹਤੇ ਥੇ ਹਮ। ਠੀਕ ਹੈ ਨਾ? ਠੀਕ ਹੈ। ਜੋ ਵੀ ਰਾਹਗੀਰ ਲਗਾਤਾਰ ਆ ਰਹੇ ਨੇ, ਸੋ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਹਿ ਰਹੇ ਨੇ ਕਿ ਕੋਈ ਘੰਟੇ ਤੋਂ ਖੜ੍ਹਾ, 1.5 ਘੰਟੇ ਤੋਂ ਖੜ੍ਹਾ। ਇੱਕ ਬੱਸ ਬਹੁਤ ਲੰਮੇ ਸਮੇਂ ਬਾਅਦ ਆਉਂਦੀ ਆ ਅਤੇ ਲੰਮੇ ਸਮੇਂ ਬਾਅਦ ਆ ਕੇ ਉਹ ਪੂਰੀ ਤਰ੍ਹਾਂ ਭਰ ਜਾਂਦੇ। PRTC ਦੀ ਵੇਟ ਹੋਰ ਜ਼ਿਆਦਾ ਕਰਦੇ ਨੇ, ਸਟੂਡੈਂਟ ਵੀ ਜ਼ਿਆਦਾਤਰ ਦਿੱਕਤਾਂ ਸਾਹਮਣਾ ਕਰ ਰਹੇ ਨੇ। ਹਾਂਜੀ, ਕਿੱਥੇ ਜਾਣਾ ਆਪਾਂ ਨੇ? ਸੰਗਰੂਰ। ਕਦੋਂ ਕਦੇ ਇੱਥੇ ਖੜ੍ਹੇ ਹੋ? ਹੁਣੀ ਆਏ। ਨਹੀਂ ਆਇਓ? ਵੈਸੇ ਭੀੜ ਅੱਗੇ ਤੋਂ ਜ਼ਿਆਦਾ ਲੱਗ ਰਹੀ ਹੈ ਤੂੰ? ਹਾਂਜੀ, ਬਹੁਤ ਜ਼ਿਆਦਾ, ਕਿਉਂਕਿ ਉਰੇ 4 ਬੱਸਾਂ ਦੀ ਭੀੜ ਖੜ੍ਹੀ ਆ, ਉੱਧਰ 1 ਬੱਸ ਆਈ ਸੀ PRTC ਦੀ, ਉਹ ਫੁੱਲ ਹੋ ਗਈ ਆਉਣ ਸਾਰ। ਹਾਂਜੀ ਹਾਂਜੀ, ਬਹੁਤ ਔਖਾ ਸੀ, ਸੁਬਾਹ ਵੀ ਅਸੀਂ ਆਇਆ ਸੀ 1.5 ਘੰਟੇ 'ਚ। ਤੁਹਾਨੂੰ ਪਤਾ ਵੀ ਅੱਜ ਹੜਤਾਲ ਚੱਲ ਰਹੀ ਆ? ਹਾਂਜੀ ਪਤਾ ਸੀ। ਬਿਲਕੁਲ, ਉਹੀ ਆਪਾਂ ਗੱਲਬਾਤ ਕਰ ਰਹੇ ਹਾਂ ਵੀ ਕਿਤੇ ਨਾ ਕਿਤੇ ਦਿੱਕਤਾਂ ਦਾ ਹਰ ਵਰਗ ਨੂੰ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਸਰ, PRTC ਨਿਰਭਰ ਬਹੁਤ ਨੇ, ਜਿਵੇਂ ਪਾਸ ਹੁੰਦੇ ਨੇ ਸਟੂਡੈਂਟ ਦੇ ਜਾਂ ਲੇਡੀਜ਼ ਦੇ ਕਿਰਾਏ ਫ੍ਰੀ ਨੇ, ਉਹਦਾ ਵੀ ਫਰਕ ਹੈਗਾ ਹੀ ਆ। ਹਾਂਜੀ ਸਰ, ਬਹੁਤ ਫਰਕ ਹੈ। ਸੋ ਸਟੂਡੈਂਟਾਂ ਦਾ ਵੀ ਲਗਾਤਾਰ ਇਹੀ ਕਹਿਣਾ ਕਿ ਕਿਉਂਕਿ PRTC 'ਤੇ ਬਹੁਤ ਜ਼ਿਆਦਾ ਨਿਰਭਰ ਨੇ, ਲੋਕ ਜ਼ਿਆਦਾ ਸਵਾਰੀਆਂ PRTC ਜਾਂਦੀਆਂ ਨੇ, ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਸਵੀਰਾਂ ਤੁਹਾਨੂੰ ਪਟਿਆਲਾ ਬੱਸ ਸਟੈਂਡ ਦੀਆਂ ਸਿੱਧੀਆਂ ਦਿਖਾ ਰਿਹਾ, ਜਿੱਥੇ ਅੱਜ PRTC ਦੀ ਹੜਤਾਲ ਹੋਣ ਕਾਰਨ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਵਾਰੀਆਂ ਜਿਨ੍ਹਾਂ ਨੇ 3 ਵਜੇ ਘਰ ਪਹੁੰਚਣਾ ਸੀ, 5 ਵਜੇ ਪਹੁੰਚਣਾ ਸੀ, ਉਹ ਘੰਟਿਆਂ ਪ੍ਰਤੀ ਲੇਟ ਹੋ ਰਹੇ ਨੇ। ਰਸਪਿੰਦਰ ਪ੍ਰਿੰਸ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।